ਕਾਰਨਾਮੇ ਬੜੇ ਬੜੇ ਗੁਰੂਆਂ ਨਾਲ ਆਏ ਅਗਲੇ ਪੰਜਵੇਂ ਪਾਤਸ਼ਾਹ ਲੋ ਹੰਦੇ ਮਹਾਰਾਜ ਜੀ ਇੱਥੇ ਆ ਕੇ ਇਸ ਮੁਕਤ ਦੇ ਵਿੱਚ ਝੰਡੇ ਚੜਾਤੇ ਮੈਂ ਜਿੱਥੇ ਹੋਰ ਕਮਾਲ ਉੱਪਰ ਨੇ ਬੰਬਾ ਜੀ ਪਤਾ ਪਰਸਰਾਮ ਨੂੰ ਭੇਜੋ ਵੀ ਹੱਥ ਲੱਗ ਗਿਆ
ਅਜੇ ਫੋਟੋ ਖਿੱਚ ਲੈ ਭਾਈ ਹੋਰ ਖਿੱਚ ਲੈ ਫਿਲਮ ਫਿਲਮ ਡਰ ਬਣਾਉਂਦੀ Oh, come on, brother. Oh, yeah, pitch it. Excuse me, can I jump over? ਬਾਬਾ ਪੂਰਨ ਨਾਥ ਜੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਨਾਲ
ਅੱਜ ਇੰਗਲੈਂਡ ਕੁਦਾਰੇ ਜਿਨ੍ਹਾਂ ਨੇ ਵਾਲਮੀਕ ਮੰਦਿਰ ਗਿਆਨ ਆਸ਼ਰਮ ਬਰਮੀਗਮ ਵਿਖੇ ਅੱਜ 16 ਅਗਸਤ 1982 ਵਾਲੇ ਦਿਨ ਇਹ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਅਤੇ 12 ਮਹਾਂ ਦਾ ਪਾਠ ਕੀਤਾ। ਅਸੀਂ ਇਸ ਮੰਦਿਰ ਦੇ ਜਗਤ ਗੁਰੂ ਵਾਲਮੀਕ ਜੀ ਮਹਾਰਾਜ ਮੰਦਿਰ ਗਿਆਨ ਆਸ਼ਰਮ ਬਰਮੀਗਮ ਦੇ ਕਰਮਚਾਰੀਆਂ ਵੱਲੋਂ ਮੈਂ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਅਤੇ ਬਾਬਾ ਪੂਰਨ ਨਾਥ ਦਾ ਅਤੀ ਧੰਨਵਾਦੀ ਅਤੀ ਰੀਣੀ ਹਾਂ, ਕਿਉਂਕਿ ਜਿਨ੍ਹਾਂ ਨੇ ਅੱਜ ਚੜ੍ਹਦੀ ਸੰਗਰਾਂਦ ਵਾਲੇ ਦਿਨ ਇੱਥੇ ਆ ਕੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਹਨ। ਦੁਨੀਆ ਦੇ ਵੱਲ ਹੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਨੇ ਆਪਣੇ ਸੱਚਖੰਡ ਵਿੱਚ ਚਰਨ ਪਾਏ ਹਨ। ਮੇਰੇ ਕੋਲ ਇਸ ਤੁਸ਼ ਜਿਹੀ ਜ਼ਬਾਨ 'ਤੇ ਇਹੋ ਜਿਹੇ ਅਲਫਾਜ਼ ਨਹੀਂ ਹਨ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰ ਸਕਾਂ, ਕਿਉਂਕਿ ਉਹ ਤਾਂ ਆਪ ਜਾਣੀ ਜਾਣ ਦਿਲਾਂ ਦੀਆਂ ਜਾਣਨ ਵਾਲੇ ਮੇਰੇ ਮਨ ਦੀਆਂ ਜਾਣਦੇ ਹਨ ਕਿ ਮੇਰੇ ਮਨ ਦੇ ਵਿੱਚ ਅੱਜ ਕਿੱਡਾ ਚਾਅ ਅਤੇ ਕਿੱਡੀ ਖੁਸ਼ੀ ਹੈ। ਜਿੰਨੇ ਵੀ ਮੇਰੇ ਵੀਰ, ਮੇਰੀਆਂ ਬੀਬੀਆਂ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਅਤੇ ਛੋਟੇ ਮੇਰੇ ਤੋਂ ਬੱਚੇ ਅੱਜ ਇਸ ਦਰਬਾਰ ਵਿੱਚ ਹਾਜ਼ਰ ਹੋਏ ਹਨ, ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਦਰ 'ਤੇ ਹਾਜ਼ਰ ਹੋਏ ਹਨ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਪਰ ਉਹ ਆਪਣੇ ਆਪ ਨੂੰ, ਮੇਰਾ ਖਿਆਲ ਹੈ ਕਿ ਸਭ ਤੋਂ ਉੱਚਾ ਅਤੇ ਬੜੇ ਧੰਨਵਾਦੀ ਸਮਝਦੇ ਹੋਣਗੇ, ਕਿਉਂਕਿ ਉਹ ਹੈ ਹੀ ਉਹਨਾਂ ਦੇ ਧੰਨ ਭਾਗ ਹਨ ਜਿਨ੍ਹਾਂ ਨੇ ਆ ਕੇ ਅੱਜ ਇਸ ਮਹਾਨ ਹਸਤੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਦਰਸ਼ਨ ਕੀਤੇ ਹਨ, ਕਲਯੁਗੀ ਅਵਤਾਰ ਦੇ ਦਰਸ਼ਨ ਕੀਤੇ ਹਨ, ਜਿਨ੍ਹਾਂ ਨੇ ਕਲੂ ਕਾਲ ਵਿੱਚ ਇਸ ਦੁਨੀਆਂ 'ਤੇ ਆ ਕੇ ਸਾਡੇ ਜੈ ਡੁੱਬਦੇ ਜਾਂਦੇ ਜੀਵਾਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਅਤੇ ਸਾਡਾ ਲੋਕ ਪ੍ਰਲੋਕ ਸੁਧਾਰ ਦਿੱਤਾ ਹੈ। ਇਸ ਤੋਂ ਉਪਰੰਤ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਫਿਰ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਅਤੇ ਬਾਬਾ ਪੂਰਨ ਨਾਥ ਜੀ ਦਾ ਅਤਿ ਧੰਨਵਾਦੀ ਅਤੀ ਰਿਣੀ ਹਾਂ, ਜਿਨ੍ਹਾਂ ਨੇ ਇੱਥੇ ਆ ਕੇ 12 ਮਹਾਂ ਦਾ ਪਾਠ, ਕਿਉਂਕਿ ਅੱਜ ਸੰਗਰਾਂਦ ਹੈ, ਪਾਠ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਧੰਨਵਾਦੀ ਬਣਾਇਆ ਹੈ ਮਹੀਨੇ ਦਾ ਨਾਂ ਸੁਣਾ ਕੇ, ਕਿਉਂਕਿ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਆ ਸੰਗਰਾਂਦ ਦੀ, ਕਿ ਉਸ ਤੋਂ ਵੱਡੀ ਵਧਾਈ ਜਿਹੜੀ ਕਿ ਸਾਨੂੰ ਇੱਥੇ ਵੀ ਅੱਜ ਖੁਸ਼ੀ ਹੈ ਅਤੇ ਉੱਪਰ ਸਵਰਗਾਂ ਵਿੱਚ ਵੀ ਦੇਵਤੇ ਅੱਜ ਖੁਸ਼ ਹੋ ਰਹੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇੰਗਲੈਂਡ ਆਏ ਹਨ। ਆਓ ਅਸੀਂ ਹੁਣ ਹੋਰ ਇਸ ਤੋਂ ਉਪਰੰਤ ਬਾਬਾ ਜੀ ਬਾਬਾ ਪੂਰਨ ਨਾਥ ਜੀ ਉਹਨਾਂ ਕੋਲੋਂ ਸ੍ਰੀ ਜੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦਾ ਪਰਵਕਾਰ ਸਤਿਗੁਰੂ ਗਿਆਨ ਨਾਥ ਦੁਨੀਆਂ ਦੇ ਪ੍ਰਤਪਾਲ ਦੁਨੀਆਂ ਅੰਦਰ ਵਿਚਰਦੇ ਬਣ ਕੇ ਦੀਨ ਦਿਆਲ ਸਤਿਗੁਰ ਇਸ ਸੰਸਾਰ ਤੋਂ ਕਰਕੇ ਨੇਤਰ ਬੰਦ ਸ਼ਬਦ ਸੁਰਤ ਨਾਲ ਜੋੜ ਕੇ ਗੁਰਾਮ ਕਾਲ ਪੰਥ ਓਹੰ ਸੋਹੰ ਨਾਲ ਜਾਣ ਜੁੜਿਆ ਇੱਕ ਇੱਕ ਸਵਾਸ ਰਹਿ ਲੋਕੀ ਦਾ ਹੋ ਗਿਆ ਹਿਰਦੇ ਵਿੱਚ ਪ੍ਰਕਾਸ਼ ਆਦ ਕਵੀ ਮਹਾਰਿਸ਼ੀ ਜੀ ਦੇ ਕੇ ਕਈ ਵਰਦਾਨ ਕਹਿੰਦੇ ਗਿਆਨ ਤਪੱਸਿਆ ਹੋਈ ਤੇਰੀ ਪਰਵਾਨ ਸਭੀ ਸ਼ਕਤੀਆਂ ਬਖਸ਼ ਕੇ ਵਾਲਮੀਕ ਭਗਵਾਨ ਕਹਿੰਦੇ ਕਰੋ ਗਿਆਨ ਜੀ ਦੁਨੀਆਂ ਦੀ ਕਲਿਆਣ ਪੂਜ ਨੀਕ ਗੁਰੂ ਗਿਆਨ ਨਾਥ ਕਲਯੁਗ ਦੇ ਅਵਤਾਰ ਪਹੁੰਚੇ ਉਸ ਸਥਾਨ ਤੇ ਸਤਿਗੁਰ ਨਾਲ ਪਿਆਰ ਜੁਗਾ ਬਦੀ ਜਿਸ ਜਗ੍ਹਾ ਬਹਿ ਕੇ ਖੁਦ ਭਗਵਾਨ ਰਚਨਾ ਇਸ ਸੰਸਾਰ ਦੀ ਕੀਤੀ ਬੜੀ ਮਹਾਨ ਧਰਤੀ ਅੰਬਰ ਸਾਜਿਆ ਤਾਰੇ ਸੂਰਜ ਚੰਦ
ਦੇਣ ਕਿਆ ਅੰਦਰ ਪ੍ਰਭੂ ਨੇ ਸ਼ਕਤੀ ਕੀਤੀ ਬੰਦ ਇਸ ਧੂਏ ਦੇ ਤੌਲ ਨੂੰ ਦਿੱਤੀ ਜੇ ਤਰਤੀਬ ਪੱਥਰ ਬੋਲਣ ਲੱਗ ਪਏ ਬਣ ਗਏ ਰੁੱਖ ਅਦੀਬ ਰੁੱਤਾਂ ਥਿੱਤਾਂ ਰਾਤ ਦਿਨ ਘੜੀਆਂ ਮਾਂ ਦੇ ਸਾਲ ਧਰਤੀ ਅੰਦਰ ਬਰਕਤਾਂ ਭਰੀਆਂ ਹੀਰੇ ਲਾਲ ਜਲ ਥਲ ਅਤੇ ਆਕਾਸ਼ ਵਿੱਚ ਦਿਸਦੇ ਜੋ ਪਰਤਖ ਉਸਦਾ ਦਿੱਤਾ ਆਕਾਰ ਜੀਵ ਚੁਰਾਸੀ ਲੱਖ ਫਿਰ ਰਤਨਾ ਕਰ ਕਲਾ ਦੇ ਆਦ ਕਵੀ ਭਗਵਾਨ ਰਚਨਾ ਰਚੀ ਰਮੈਣ ਦੀ ਹੋ ਕੇ ਅੰਤਰ ਧਿਆਨ ਪਹਿਲਾਂ ਹੀ ਸ਼੍ਰੀ ਰਾਮ ਤੋਂ 10,000 ਸਾਲ ਵਰਣਨ ਕੀਤਾ ਮਹਾਕਵੀ ਆਪਣੀ ਸ਼ਕਤੀ ਲਿਖਿਆ ਜਿਵੇਂ ਰਮੈਣ ਵਿੱਚ ਸੱਚੇ ਸਾਹਿਤਕਾਰ ਆਉਣਾ ਪਿਆ ਸ਼੍ਰੀ ਰਾਮ ਨੂੰ ਪੋਦਾਂ ਸਿਰ ਤੇ ਪਾਰ ਕਲਮ ਉਹਦੀ ਨੇ ਆਖਿਆ ਜਿਸਨੂੰ ਬੜਾ ਸਲੱਖ ਰਾਜ ਪੁੱਤਰ ਉਸ ਰਾਮ ਦੀ ਪੂਜਾ ਕੀਤੀ ਜਗ ਜੁਗਾਂ ਬੱਧੀ ਜੇ ਜਗਾ ਆਸਣ ਲਾਏ ਹਜੂਰ ਅਜਰ ਅਮਰ ਸ਼੍ਰੀ ਵਾਲਮੀ ਸਰਬ ਕਲਾ ਭਰਪੂਰ ਆਦਰ ਮੈਨ ਵਾਸਤੇ ਜਿੱਥੇ ਰਚੇ ਖਿਆਲ ਪੂਜ ਪੱਤਰਾ ਸਾਂਭਲੇ ਜਿੱਥੇ ਹੀਰੇ ਲਾਲ ਤਨ ਤਨ ਸਤਿਗੁਰ ਗਿਆਨ ਨਾਥ ਜਿਸ ਦੀ ਰੱਬੀ ਅੱਖ ਕੀਤਾ ਉਸ ਅਸਥਾਨ ਨੂੰ ਕਲ ਯੁਗ ਵਿੱਚ ਪਰਤੱਖ ਸਾਲਾਂ ਬੱਧੀ ਇਸ ਥਾਂ ਬਹਿ ਕੇ ਦੀਨ ਦਿਆਲ ਕੀਤੀ ਕਠਿਨ ਤਪੱਸਿਆ ਪੂਰੀ ਸ਼ਰਧਾ ਨਾਲ ਲੱਖਾਂ ਬਿਜਲੀਆਂ ਚਮਕੀਆਂ ਲੱਖਾਂ ਆਏ ਪਚਾਰ ਲੱਖਾਂ ਚੜੇ ਤਫਾਨ ਵੀ ਜੁਰਮੀ ਕਾਂਗਾ ਨਾਲ ਪਰ ਸਤਿਗੁਰ ਨੇ ਚੱਲਿਆ ਹਰ ਦੁਸ਼ਮਣ ਦਾ ਵਾਰ ਕੁਸ਼ਤਾ ਕਰਕੇ ਖਾ ਰਹੀ ਹਰ ਖੂਨੀ ਤਲਵਾਰ ਕੁਦਰਤ ਪਾਸਾ ਪਰਤਿਆ ਸਤਿਗੁਰ ਜਪਿਆ ਜਾਪ ਸਭੇ ਸ਼ਕਤੀਆਂ ਚੱਲ ਕੇ ਚਰਨੀ ਆਈਆਂ ਆਪ ਕਿਰਪਾ ਕੀਤੀ ਸਤਿਗੁਰਾਂ ਮੰਦਰ ਹੋਇਆ ਤਿਆਰ ਸਤਿਗੁਰ ਜੀ ਦੀ ਕੀਰਤੀ ਪਹੁੰਚੀ ਵਿੱਚ ਸੰਸਾਰ ਚੌਂਕੂਟੀ ਇਸ ਜੱਗ ਦੇ ਮਹਿਕ ਪਏ ਖੁਸ਼ਬੋ ਵਾਲਮੀਕ ਭਗਵਾਨ ਦੀ ਅੰਬਰੀ ਪਹੁੰਚੀ ਲੋ ਦੁੱਧ ਪੁੱਤ ਤੇ ਲਕਸ਼ਮੀ ਸੁਖ ਸ਼ਾਂਤੀ ਕਲਿਆਣ ਵਾਲਮੀਕ ਜੀ ਬਖਸ਼ ਦੇ ਮੁਕਤੀ ਦਾ ਵਰਦਾਨ ਵਾਲਮੀਕ ਭਗਵਾਨ ਜੀ ਈਸ਼ਵਰ ਜੋ ਪਰਤੱਖ ਅੱਜ ਉਹਨਾਂ ਦੀਆਂ ਚਾਬੀਆਂ ਗਿਆਨ ਗੁਰੂ ਦੇ ਹੱਥ ਵਿੱਚ ਕਿਰਨ ਦੇ ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਜੋਤ ਇਵੇਂ ਭਗਵਾਨ ਦੀ ਸਤਿਗੁਰ ਵਿੱਚ ਪ੍ਰਕਾਸ਼ ਸਤਿਗੁਰ ਸੱਚੇ ਗਿਆਨ ਨਾਲ ਹਰ ਨਿਰਧਨ ਦਾ ਮਾਣ ਕਰੇ ਲਿਖਾਰੀ ਕਿਸ ਤਰ੍ਹਾਂ ਪੂਰਨ ਨਾਥ ਬਿਆਨ ਸ਼੍ਰੀ ਗੁਰੂ ਵਾਲਮੀਕ ਕੀ ਸੱਚੇ ਸਤਿਗੁਰੂ ਗਿਆਨ ਨਾਲ ਹਰ ਨਿਰਧਨ ਦਾ ਮਾਣ ਕਰੇ ਲਿਖਾਰੀ ਕਿਸ ਤਰ੍ਹਾਂ ਪੂਰਨ ਨਾਥ ਬਿਆਨ ਵਾਲਮੀਕ ਭਗਵਾਨ ਜੀ ਈਸ਼ਵਰ ਜੋ ਪ੍ਰਤੱਖ ਅੱਜ ਉਹਨਾਂ ਦੀਆਂ ਚਾਬੀਆਂ ਗਿਆਨ ਗੁਰੂ ਦੇ ਹੱਥ ਵਿੱਚ ਕਿਰਨ ਦੇ ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਜੋਤ ਇਵੇਂ
ਸਤਿਗੁਰ ਵਿੱਚ ਪ੍ਰਕਾਸ਼ ਸਤਿਗੁਰ ਸੱਚੇ ਗਿਆਨ ਨਾਲ ਹਰ ਨਿਰਧਨ ਦਾ ਮਾਨ ਕਰੇ ਲਖਾਰੀ ਕਿਸ ਤਰ੍ਹਾਂ ਪੂਰਨ ਨਾਥ ਬਿਆਨ ਸ਼੍ਰੀ ਗੁਰ ਵਾਲਮੀਕਿ ਕੀ ਜੈ ਗੁਰੂ ਭਾਈ ਸਭ ਸੰਤਨ ਕੀ ਜੈ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਸਦਾ ਜੈ ਜੋ ਭਾਈ ਇੱਕ ਓਂਕਾਰ ਸਰਵ ਕਟ ਵਾਸੀ ਸਰਵ ਦਾਤਾ ਸਰਵ ਅਵਨਾਸ਼ੀ ਤੁਮਰਾ ਭੇਦ ਕਿਸੇ ਨਾ ਪਾਇਓ ਵੇਰਕ ਤੇ ਨਾ ਭੇਦ ਬਤਾਇਓ ਤੂੰ ਮੈਂ ਕਟ ਗੁਰਦਾਤਾ ਤੇਰਾ ਭੇਦ ਨਹੀਂ ਜਿਨ ਪਾਤਾ ਸਰਵ ਕਲਾ ਭਰਪੂਰ ਸੁਆਮੀ ਬਖਸ਼ੋ ਮੈਨੂੰ ਅੰਤਰ ਜਾਮੀ ਤੁਮ ਹੋ ਸਰਬ ਗੁਣਾ ਕੇ ਸਾਗਰ ਈਸ਼ਵਰ ਦਾਤਾ ਜਗਤ ਅਜਾਗਰ ਈਸ਼ਵਰ ਭਗਵਾਨ ਸਤਿਗੁਰ ਮੇਰਾ ਔਗਣ ਹਾਰਨ ਬੰਦਾ ਤੇਰਾ ਚੰਡੂ ਦਾਸ ਪਰਮ ਕਿਰਪਾਲਾ ਕਿਰਪਾ ਕਰਿਓ ਦੀਨ ਦਿਆਲਾ ਡੇਰੂ ਰਾਮ ਸ਼ਰਨ ਪੜਾ ਤੇਰੇ ਬਖਸ਼ੋ ਸਤਿਗੁਰ ਔਗਣ ਮੇਰੇ ਰਾਮ ਪੜਾ ਚਰਨ ਤੇਰੇ ਬਖਸ਼ੋ ਸਤਿਗੁਰ ਔਗਣ ਮੇਰੇ ਪ੍ਰਾਰਥਨਾ ਚੌਪਾਈ ਤ੍ਰੈਵੰਤ ਪੰਕਜ ਕੋ ਪ੍ਰਣਾਮ ਕਰੋ ਨਿਰੰਤਰ ਪੂਰਨ ਦਾਮ ਵੇਦ ਪ੍ਰਾਨ ਬੁਧ ਇੰਦਰ ਸਿਲਾਈ ਮੁਖੀ ਰਚਨ ਮੇਰੇ ਸਖਦਾਈ ਤੇਰੇ ਗੁਣ ਮਾਇਆ ਕੇ ਅਨੁਹਾਰ ਪਾਉ ਉਤ ਪਤ ਪਾਲਣ ਸਾਰ ਕਰੋ ਨਿਰੰਤਰ ਲੇਪਨ ਹੋਈ ਨਰੈਣ ਪਾਵੋ ਪ੍ਰਭੂ ਤੁਮ ਸੋਈ ਦਾਨ ਅਧੀਨ ਕਰਮ ਕੋ ਕਾਰੀ ਦ੍ਰਿਸ਼ਟ ਜੋ ਤਿਉ ਪਾਵਣ ਹਾਰੀ ਵਾਲਮੀਕ ਜੋ ਭਗਤ ਕੁਮਾਰੀ ਸੰਤ ਦੇ ਕਿਨ ਪਾਪ ਮਿਟਾਵੇ ਤੁਮ ਪਦ ਪੰਕਜ ਦੇਖੋ ਜੋਈ ਮੈਂ ਆਪ ਗਰੀ ਪ੍ਰਭ ਸੋਈ ਐਸੇ ਸ਼ਰਨ ਤੁਮਾਰੀ ਦਿਓ ਤ੍ਰਿੰਦੇ ਮਨ ਕਰਨ ਸੋ ਸਿਓ ਤ੍ਰੈ ਪਦ ਭਗਵਾਨ ਪੂਜੇ ਜੋਈ ਕਰੇ ਵੈਰਾਗ ਪਵੇ ਪ੍ਰਭ ਸੋਈ ਤੇ ਭਗਤਨ ਮੇ ਭਗਤ ਵਿਸ਼ਾਲ ਵਾਲਮੀਕ ਜੀ ਸਭ ਸੇ ਜਾਲ ਭਗਤ ਤੁਮਾਰੀ ਜੇ ਭਗਤ ਨਿਰੰਤਰ ਚਾਏ ਤਈ ਪਰਮਾਤਮ ਪੂਰਨ ਅਨੰਤਾ ਵਾਲਮੀਕ ਪੂਰਨ ਭਗਵੰਤਾ ਦਿਓ ਦਿਓ ਪਦ ਬੰਧਨ ਥਾਰੀ ਮੁਨ ਨਾਰਦ ਆਖਲਾ ਦੁਆਰੀ ਕਰ ਕਿਰਪਾ ਦੇ ਦਰਸ ਸੁਆਮੀ ਵਾਲ ਰਾਮ ਗੁਰ ਅੰਤਰ ਜਾਮੀ ਕਰ ਕਿਰਪਾ ਦੇ ਦਰਸ ਸੁਆਮੀ ਵਾਲਮੀਕ ਗੁਰ ਅੰਤਰ ਜਾਮੀ ਜੋ ਬੋਲੇ ਸੋਨਰ ਪੈ ਬੋਲੋ ਵਾਲਮੀ ਭਗਵਾਨ ਕੀ ਸ੍ਰੀ ਸ੍ਰੀ ਸਵਰ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਸਦਾ ਜੈ ਹੋ ਸਾਧ ਸੰਗਤ ਕੀ ਸਦਾ ਜੈ ਹੋ ਮੁੱਕਿਆ